ਉਹ ਕਹਿਣ ਦੀ ਲੋੜ ਹੀ ਨਹੀਂ, ਉਹ ਕੋਟਾ ਵੇਖਿਆ ਨਹੀਂ। ਮੁਖਤਸਰ ਸੀ ਬਾਤ ਹੈ ਭਾਈ, ਜਦ ਅਦਾਲਤ ਬਾਂਧ ਹੋ ਜਾਏਗੀ ਤੋ ਉਮਰ ਲਾ ਤੋ ਮੌਜੂਦ ਹੈ, ਕੁਰਾਨ ਕਾ ਲਾ ਮੌਜੂਦ ਹੈ, ਮਲਊਨੀ ਨਾ ਨਮਾ ਸੁਖੀ ਕੋ ਬਸ ਬਹੁਖਿਜ਼ੂ ਬਕੁਤਿਲੂ ਤਕਤੀਲਾ, ਕੁਰਾਨ ਦਾ ਨਾਮ ਮੌਜੂਦ ਹੈ। ਇਹ ਤਾਂ ਹੁਣ ਕਹਿਣ ਦੀ ਲੋੜ ਹੀ ਨਹੀਂ, ਇਹ ਤਾਂ ਹੁਣ ਉਹਨਾਂ ਦੇ ਵਾਸਤੇ ਮਸਲਾ। ਮੈਂ ਕਿਹਾ ਇਹ ਗੱਲ ਨਹੀਂ ਬਣਨੀ, ਜਾਂ ਹਜ਼ੂਰ ਦੇ ਵਫਾਦਾਰ ਬਣ ਜਾਓ ਜਾਂ ਆਪਣੀ ਹਿਫਾਜ਼ਤ ਵਾਸਤੇ ਵੀ ਬਾਹਰੋਂ ਈਸਾਈ ਮੰਗਾਓ। ਹਾਂ, ਤੁਸੀਂ ਹਜ਼ੂਰ ਦੇ ਵਫਾਦਾਰ ਬਣ ਜਾਓ ਤੇ ਤੁਹਾਡੀ ਹਿਫਾਜ਼ਤ ਦੀ ਜ਼ਮਾਨਤ ਅਸੀਂ ਦਿੰਦੇ ਹਾਂ। ਲੇਕਿਨ ਅਗਰ ਕੋਈ ਹਜ਼ੂਰ ਦੇ ਬਾਰੇ ਗੱਲ ਕਰੇਗਾ, ਉਹ ਕਹਿਣ ਦੀ ਲੋੜ ਹੀ ਨਹੀਂ, ਉਹ ਕੋਟਾ ਵੇਖਿਆ ਨਹੀਂ। ਮੁਖਤਸਰ ਸੀ ਬਾਤ ਹੈ ਭਾਈ, ਜਦ ਅਦਾਲਤੇ ਬਾਂਝ ਹੋ ਜਾਏਗੀ ਤੋ ਉਮਰ ਲਾ ਤੋ ਮੌਜੂਦ ਹੈ, ਕੁਰਾਨ ਕਾ ਲਾ ਮੌਜੂਦ ਹੈ, ਮਲਊਨੀ ਨਾ ਨਮਾ ਸੁਕੀਫੂ ਬਸ ਬਹੁਖਿਜ਼ੂ ਬਕੁਤਿਲੂ ਤਕਤੀਲਾ, ਕੁਰਾਨ ਕਾ ਲਾ ਮੌਜੂਦ ਹੈ। ਇਹ ਤਾਂ ਹੁਣ ਕਹਿਣ ਦੀ ਲੋੜ ਹੀ ਨਹੀਂ, ਇਹ ਤਾਂ ਹੁਣ ਉਹਨਾਂ ਦੇ ਵਾਸਤੇ ਮਸਲਾ। ਮੈਂ ਕਿਹਾ ਇਹ ਗੱਲ ਨਹੀਂ ਬਣਨੀ, ਜਾਂ ਹਜ਼ੂਰ ਦੇ ਵਫਾਦਾਰ ਬਣ ਜਾਓ ਜਾਂ ਆਪਣੀ ਹਿਫਾਜ਼ਤ ਵਾਸਤੇ ਵੀ ਬਾਹਰੋਂ ਈਸਾਈ ਮੰਗਾਓ। ਹਾਂ, ਤੁਸੀਂ ਹਜ਼ੂਰ ਦੇ ਵਫਾਦਾਰ ਬਣ ਜਾਓ ਤੇ ਤੁਹਾਡੀ ਹਿਫਾਜ਼ਤ ਦੀ ਜ਼ਮਾਨਤ ਅਸੀਂ ਦਿੰਦੇ ਹਾਂ। ਲੇਕਿਨ ਅਗਰ ਕੋਈ ਹਜ਼ੂਰ ਦੇ ਬਾਰੇ ਗੱਲ ਕਰੇਗਾ, ਉਹ ਬਚੇਗਾ ਨਹੀਂ। ਇਹ ਗੱਲ ਤੈਅ ਵੇ, ਇਹ ਗੱਲ ਇਹ ਤੈਅ ਵੇ, ਇਹ ਨਹੀਂ ਬਚ ਸਕਦਾ। ਉਹ ਜਿੱਥੇ ਉਹ 7 ਪਰਦਿਆਂ ਨਹੀਂ 70,000 ਪਰਦਿਆਂ 'ਚ ਵੀ ਛੁਪ ਜਾਏ, ਕਿਧਰੇ ਚਲਾ ਜਾਏ, ਹਜ਼ੂਰ ਦੇ ਬਾਰੇ ਗੱਲ ਕਰੇਗਾ, ਉਹ ਬਚੇਗਾ ਨਹੀਂ, ਉਹ ਬਚੇਗਾ ਨਹੀਂ। ਇਹ ਤਾਂ ਅਸੀਂ ਕਹਿੰਦੇ ਹਾਂ ਨਾ ਕਿ ਯੂਰਪ ਦੀ ਸਰਜ਼ਮੀਨ ਅਗਰ ਤੁਸੀਂ ਗੁਸਤਾਖਾਂ ਨੂੰ ਪਾਲ ਕੇ ਰੱਖਿਆ ਹੋਇਆ ਤੇ ਕੋਈ ਗੱਲ ਨਹੀਂ, ਕਿਸੇ ਦਿਨ ਇਹ ਗਾਜ਼ੀ ਇਲਮੁਦੀਨ ਦੇ ਮੰਨਣ ਵਾਲਿਆਂ ਦੇ ਪੈਰਾਂ ਥੱਲੇ ਰੋਂਦੀ ਜਾਏਗੀ, ਕੋਈ ਨਹੀਂ। ਕਿਸ ਤਰ੍ਹਾਂ ਕਰਨਾ ਬਾਈ, ਕਿਸ ਤਰ੍ਹਾਂ ਕਰਨਾ, ਕਿਸ ਤਰ੍ਹਾਂ ਕਰਨਾ ਬਾਈ, ਹਜ਼ੂਰ ਨਾਲ ਪਿਆਰ ਕਰਨਾ, ਅੰਨੇ ਵਾਹ ਕਰਨਾ, ਔਰ ਕਿਸੇ ਲਾਲਚ ਤੋਂ ਬਗੈਰ ਕਰਨਾ। ਆਲਾ ਹਜ਼ਰਤ ਕੀ ਫਰਮਾਉਂਦੇ ਨੇ, ਜੰਨਤ ਨਾ ਦੇ ਨਾ ਦੇ, ਜੰਨਤ ਦੀ ਗੱਲ ਰਹਿ ਜਾਏਗੀ ਨਾ ਅਗਰ ਫਰਮਾਇਆ। ਇਹ ਇਮਾਮ ਦਾ ਕਲਾਮ ਸੁਣਾ ਰਿਹਾ, ਇਸ ਵਾਸਤੇ ਕੋਈ ਹਲਕੇ ਬੰਦੇ ਦੀ ਗੱਲ ਨਹੀਂ ਕਰ ਰਿਹਾ। ਫਰਮਾਇਆ ਜੰਨਤ ਨਾ ਦੇ, ਤੇਰੀ ਰੋਇਤ ਹੋ ਖੈਰ ਸੇ, ਜੰਨਤ ਨਾ ਦੇ ਨਾ ਦੇ, ਤੇਰੀ ਰੋਇਤ ਹੋ ਖੈਰ ਸੇ, ਇਸ ਗੁਲ ਕੇ ਆਗੇ ਕਿਸ ਕੋ ਹਾਜਤ ਬਰਗੋ ਬਰ ਕੀ ਹੈ। ਫਰਮਾਇਆ ਯਾ ਰਸੂਲ ਅੱਲਾ, ਜਦੋਂ ਤੁਸੀਂ ਜੇ ਮਿਲ ਗਿਆ ਤੇ ਫਿਰ ਅਸੀਂ ਜੰਨਤ ਚ ਬੂਟੇ ਜਨਾਬ ਟਹਿਣੀਆਂ ਥੋੜੀ ਵੇਖਣ ਜਾਣਾ, ਜਦੋਂ ਤੁਸੀਂ ਜੰਨਤ ਚ ਜਾਓਗੇ ਤੇ ਪਿੱਛੇ ਅਸਾਂ ਵੀ ਚਲੇ ਜਾਣਾ। ਇਸ ਗੁਲ ਕੇ ਆਗੇ ਕਿਸ ਕੋ ਹਾਜਤ ਬਰਗੋ ਬਰ ਕੀ ਹੈ, ਸ਼ਰਬਤ ਨਾ ਦੇ ਨਾ ਦੇ, ਤੂੰ ਬਾਤ ਕਰੇ ਲੁਤਫ ਸੇ, ਸ਼ਰਬਤ ਨਾ ਦੇ ਨਾ ਦੇ, ਤੂੰ ਬਾਤ ਕਰੇ ਲੁਤਫ ਸੇ, ਇਸ ਸ਼ਹਿਦ ਕੇ ਆਗੇ ਕਿਸ ਕੋ ਹਾਜਤ ਸ਼ਕਰ ਕੀ ਹੈ। ਹਜ਼ੂਰ ਦੇ ਨਾਲ ਮੁਹੱਬਤ ਬਸ, ਔਰ ਅੰਨੇ ਵਾਹ ਮੁਹੱਬਤ। ਉਹ ਕਹਿਣ ਦੀ ਲੋੜ ਹੀ ਨਹੀਂ, ਉਹ ਕੋਟਾ ਵੇਖਿਆ ਨਹੀਂ। ਮੁਖਤਸਰ ਸੀ ਬਾਤ ਹੈ ਭਾਈ, ਜਦ ਅਦਾਲਤੇ ਬਾਂਧ ਹੋ ਜਾਏਗੀ ਤੋ ਉਮਰ ਲਾ ਤੋ ਮੌਜੂਦ ਹੈ, ਕੁਰਾਨ ਕਾ ਲਾ ਮੌਜੂਦ ਹੈ, ਮਲਊਨੀ ਨਾ ਨਮਾ ਸੁਕੀ ਕੋ ਬਸ ਬਹੁਖਿਜ਼ੂ ਬਕੁਤਿਲੂ ਤਕਤੀਲਾ, ਕੁਰਾਨ ਦਾ ਨਾਮ ਮੌਜੂਦ ਹੈ। ਇਹ ਤਾਂ ਹੁਣ ਕਹਿਣ ਦੀ ਲੋੜ ਹੀ ਨਹੀਂ, ਇਹ ਤਾਂ ਹੁਣ ਉਹਨਾਂ ਦੇ ਵਾਸਤੇ ਮਸਲਾ। ਮੈਂ ਕਿਹਾ ਇਹ ਗੱਲ ਨਹੀਂ ਬਣਨੀ, ਜਾਂ ਹਜ਼ੂਰ ਦੇ ਵਫਾਦਾਰ ਬਣ ਜਾਓ ਜਾਂ ਆਪਣੀ ਹਿਫਾਜ਼ਤ ਵਾਸਤੇ ਵੀ ਬਾਹਰੋਂ ਈਸਾਈ ਮੰਗਾਓ। ਹਾਂ, ਤੁਸੀਂ ਹਜ਼ੂਰ ਦੇ ਵਫਾਦਾਰ ਬਣ ਜਾਓ ਤੇ ਤੁਹਾਡੀ ਹਿਫਾਜ਼ਤ ਦੀ ਜ਼ਮਾਨਤ ਅਸੀਂ ਦਿੰਦੇ ਹਾਂ। ਲੇਕਿਨ ਅਗਰ ਕੋਈ ਹਜ਼ੂਰ ਦੇ ਬਾਰੇ ਗੱਲ ਕਰੇਗਾ, ਮਿਲਾਦ ਸ਼ਰੀਫ ਦਾ ਮਹੀਨਾ ਤੇ ਸੀਨਾ ਖੋਲ ਕੇ ਮਿਲਾਦ ਮਨਾਉਣਾ, ਪਤਾ ਲੱਗੇ ਯਾਰ ਮੈਨੂੰ ਇਹ ਦੱਸੋ ਕਿ ਈਸਾਈ 25 ਦਸੰਬਰ ਆਣ ਤੇ ਉਹ ਪੂਰੀ ਦੁਨੀਆ ਤੇ ਸੇਰਾ ਲਾ ਦੇਣ, ਐਨ ਕਰ ਦੇਣ, ਐਨ ਕਰ ਦੇਣ, ਕੀ ਹੋਇਆ ਜੀ ਉਹਨਾਂ ਦੇ ਅਕੀਦੇ ਦੇ ਮੁਤਾਬਿਕ ਉਹ ਕਰ ਦੇਣ, ਈਸਾ ਅਲੈਹਿ ਸਲਾਮ ਦੀ ਖੁਸ਼ੀ ਮਨਾ ਰਹੇ ਤੇ ਇਮਾਮ ਉਲ ਅੰਬੀਆ ਤਸ਼ਰੀਫ ਲਿਆ ਰਹੇ ਤੇ ਹਜ਼ੂਰ ਦਾ ਕਲਮਾ ਪੜਨ ਵਾਲਾ ਉਹ ਸੀਨਾ ਘੁੱਟ ਘੁੱਟ ਕੇ ਮਿਲਾਦ ਮਨਾਵੇ, ਇਹ ਤਾਂ ਨਹੀਂ ਹੋ ਸਕਦਾ ਨਾ। ਸਾਹਬਾ ਵਰਗਾ ਮਿਲਾਦ ਤਾਂ ਅਸੀਂ ਮਨਾ ਨਹੀਂ ਸਕਦੇ, ਉਹਨਾਂ ਦਾ ਐਨ ਕਰਕੇ ਤਲਵਾਰਾਂ ਚਾਹੀਆਂ। ਮਿਲਾਦ ਤਾਂ ਉਹੀ ਹੈ ਕਿ ਅੱਜ ਸਾਰੇ ਮੁਸਲਮਾਨ ਜਮਨ ਦੇ, ਸ਼ਾਮ ਦੇ, ਮਿਸਰ ਦੇ, ਇਰਾਕ ਦੇ, ਉਰਦਨ ਦੇ, ਸਾਰੇ ਸਾਊਦੀ ਦੇ ਸਾਰੇ ਮੁਸਲਮਾਨ ਹੁੰਦੇ ਔਰ ਸਾਡੇ ਸਿਪਾ ਸਾਲਾਰ ਅੱਗੇ ਹੁੰਦੇ ਤੇ ਜਨਾਬ ਇਸਰਾਇਲ ਦੇ ਬੂਹੇ ਉੱਤੇ ਅਸੀਂ ਖੜੇ ਹੁੰਦੇ, ਫਿਰ ਉਸ ਬੂਹੇ ਉੱਤੇ ਖੜੇ ਹੋ ਕੇ ਬੈਤੁਲ ਮੁਕੱਦਸ ਦੇ ਦਰਵਾਜ਼ੇ ਉੱਤੇ ਖੜੇ ਹੋ ਕੇ ਕਹਿ ਰਹੇ ਹੁੰਦੇ ਆਮਦ ਮੁਸਤਫਾ। ਲੇਕਿਨ ਅਫਸੋਸ ਕਿ ਅਸੀਂ ਰੰਗੀਲੇ ਦੇ ਜ਼ਮਾਨੇ ਵਿੱਚ ਆ ਗਏ।